गुड मॉर्निंग स्टूडेंट्स बच्चों तुहाडा सारयां दा पंजाब स्कूल एजुकेशन सोसाइटी वल्लों इत्थे स्वागत है। अज मैं तुहानूं इस लैक्चर दे विच बिजली अते बिजली सर्किट बारे जानकारी देवांगी। बच्चे तुसी देखो सुबह उठदे हो, उठदे आपां लाइट जगाउने आ, उदों भी सानूं बिजली दी लोड़ पैंदी आ। ते इसे तरह सुबह तो लैके शाम तक असीं जो भी काम करदे आ ਉਹ ਅਸੀਂ ਬਿਜਲੀ ਨਾਲ ਹੀ ਕਰਦੇ ਹਾਂ। ਅਤੇ ਸ਼ਾਮ ਨੂੰ ਜਦੋਂ ਹਨੇਰਾ ਹੋ ਜਾਂਦਾ ਘਰਾਂ ਵਿੱਚ ਰੋਸ਼ਨੀ ਕਰਦੇ ਹਾਂ, ਦਫ਼ਤਰਾਂ 'ਚ, ਗਲੀਆਂ 'ਚ, ਸੜਕਾਂ 'ਤੇ, ਇਹ ਸਭ ਅਸੀਂ ਰੋਸ਼ਨੀ ਵੀ ਬਿਜਲੀ ਨਾਲ ਹੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਤੁਸੀਂ ਦੇਖਦੇ ਹੋ ਜਿਵੇਂ ਚਿੱਤਰ ਦੇ ਵਿੱਚ ਵਾਸ਼ਿੰਗ ਮਸ਼ੀਨ ਹੈ, ਕੰਪਿਊਟਰ ਆ, ਮਾਈਕ੍ਰੋਵੇਵ ਓਵਨ ਆ, ਫੈਨ, ਪੱਖੇ, ਟੈਲੀਵਿਜ਼ਨ, ਟੋਸਟਰ, ਇਹ ਸਭ ਕਿਹਦੇ ਨਾਲ ਚੱਲਦੇ ਨੇ? ਸਭ ਬਿਜਲੀ ਨਾਲ ਹੀ ਚੱਲਦੇ ਨੇ। ਅਤੇ ਤੁਹਾਡੇ ਮਦਰ ਕਿਚਨ ਦੇ ਵਿੱਚ ਜਾਂਦੇ ਨੇ ਸੁਬਹਾ ਉੱਠ ਕੇ, ਅਤੇ ਉਹ ਵੀ ਸਾਰੇ ਕੰਮ ਜਿਹੜੇ ਹੈਗੇ ਨੇ ਉਹ ਬਿਜਲੀ ਨਾਲ ਹੀ ਕਰਦੇ ਨੇ। ਇਸ ਤਰ੍ਹਾਂ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈ ਦਿਨ ਭਰ ਜਿਹੜਾ ਅਸੀਂ ਬਿਜਲੀ ਨਾਲ ਨਹੀਂ ਕਰਦੇ। ਅਤੇ ਜਿਵੇਂ ਤੁਸੀਂ ਚਿੱਤਰ 'ਚ ਦੇਖਦੇ ਹੋ ਜਿਹੜਾ ਇਲੈਕਟ੍ਰੋਨਿਕ ਸਮਾਨ ਆ, ਜਿਵੇਂ ਟੈਲੀਵਿਜ਼ਨ ਹੈ, ਅਤੇ ਕੋਈ ਤੁਹਾਡੇ ਟੇਪ ਰਿਕਾਰਡਰ ਹੈ, ਇਹ ਸਾਰੇ ਪ੍ਰੈੱਸ ਹੈ, ਇਹ ਸਭ ਬਿਜਲੀ ਨਾਲ ਹੀ ਚੱਲਦੇ ਨੇ। ਅਤੇ ਈਵਨ ਤੁਹਾਡਾ ਮੋਬਾਈਲ ਹੈ, ਇਹ ਵੀ ਬਿਜਲੀ ਨਾਲ ਹੀ ਅਸੀਂ ਚਾਰਜ ਕਰਦੇ ਹਾਂ। ਇਸ ਤਰ੍ਹਾਂ ਬੱਚਿਓ ਹਰ ਚੀਜ਼ ਆ ਜਿਹੜੀ ਸਾਡੀ ਉਹ ਬਿਜਲੀ ਨਾਲ ਹੀ ਚੱਲਦੀ ਹੈ। ਸੋ ਬਿਜਲੀ ਦੀ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਮਹੱਤਤਾ ਹੈ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਵਾਂਗੀ ਕਿ ਬਿਜਲੀ ਕਿੱਥੋਂ ਆਉਂਦੀ ਹੈ। ਜਿਵੇਂ ਤੁਸੀਂ ਦੇਖਿਆ ਕਿ ਆਹ ਬਿਜਲੀ ਘਰ ਹੈ, ਅਤੇ ਜਿਵੇਂ ਚਿੱਤਰ ਦੇ ਵਿੱਚ ਦੇਖ ਰਹੇ ਹੋ, ਇਹ ਬਿਜਲੀ ਘਰ ਦੇ ਵਿੱਚ ਅਸੀਂ ਬਿਜਲੀ ਸਟੋਰ ਕਰਕੇ ਫਿਰ ਦੂਰ ਦੂਰ ਥਾਂ ਭੇਜਦੇ ਹਾਂ। ਅਤੇ ਇਹ ਇੱਥੇ ਬਿਜਲੀ ਕਿਵੇਂ ਅਸੀਂ ਲਿਆਉਂਦੇ ਹਾਂ ਅਤੇ ਕਿਹੜੇ ਕਿਹੜੇ ਸਾਧਨਾਂ ਤੋਂ ਅਸੀਂ ਬਿਜਲੀ ਪ੍ਰਾਪਤ ਕਰਦੇ ਹਾਂ? ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਪਾਣੀ ਤੋਂ ਬਿਜਲੀ ਤਿਆਰ ਕਰਦੇ ਹਾਂ। ਵੈਸੇ ਤਾਂ ਬਹੁਤ ਸਾਰੇ ਸਾਧਨ ਨੇ, ਅਤੇ ਪਾਣੀ ਤੋਂ ਕਿਵੇਂ ਤਿਆਰ ਕਰਦੇ ਹਾਂ? ਕਿਸੇ ਉੱਚੀ ਥਾਂ 'ਤੇ ਅਸੀਂ ਪਾਣੀ ਨੂੰ ਇਕੱਠਾ ਕਰ ਲੈਂਦੇ ਹਾਂ, ਇਕੱਠਾ ਕਰਕੇ ਬੰਦ ਮਾਰ ਲੈਂਦੇ ਹਾਂ, ਉਹਨੂੰ ਅਸੀਂ ਡੈਮ ਕਹਿੰਦੇ ਹਾਂ। ਅਤੇ ਉਸ ਤੋਂ ਬਾਅਦ ਫਿਰ ਗੇਟ ਲਗਾ ਕੇ ਪਾਣੀ ਨੂੰ ਨੀਚੇ ਸੁੱਟਿਆ ਜਾਂਦਾ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ। ਬੱਚਿਓ ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੇ ਭਾਖੜਾ ਡੈਮ ਵੀ ਦੇਖਿਆ ਹੋਣਾ, ਅਤੇ ਇਸੇ ਤਰ੍ਹਾਂ ਜਿਵੇਂ ਬਿਆਸ ਦਰਿਆ 'ਤੇ ਪੌਂਗ ਡੈਮ ਹੈ, ਅਤੇ ਇਹ ਸਾਰੇ ਇਹ ਡੈਮ ਜਿਹੜੇ ਹੈਗੇ ਨੇ ਬਹੁਤ ਮਾਤਰਾ ਦੇ ਵਿੱਚ ਬਿਜਲੀ ਪੈਦਾ ਕਰਦੇ ਨੇ। ਹੁਣ ਤੁਸੀਂ ਦੇਖਦੇ ਹੋ ਚਿੱਤਰ ਦੇ ਵਿੱਚ ਪਾਣੀ ਉੱਪਰੋਂ ਨੀਚੇ ਡਿੱਗ ਰਿਹਾ, ਅਤੇ ਇਹ ਕਿਸ ਤਰ੍ਹਾਂ ਨਾਲ ਬਿਜਲੀ ਪੈਦਾ ਕਰਦਾ ਹੈ ਉਹ ਤੁਸੀਂ ਹੁਣ ਚਿੱਤਰ ਵਿੱਚ ਦੇਖੋ। ਉੱਪਰ ਦੇਖੋ ਬੱਚੇ, ਉਹ ਡੈਮ ਹੈ, ਡੈਮ ਤੋਂ ਪਾਣੀ ਨੀਚੇ ਡਿੱਗ ਰਿਹਾ, ਅਤੇ ਨੀਚੇ ਟਰਬਾਈਨ ਹੈ, ਅਤੇ ਉਹ ਪਾਣੀ ਡਿੱਗ ਕੇ ਉਹ ਟਰਬਾਈਨ ਨੂੰ ਘੁਮਾਉਂਦਾ। ਅਤੇ ਇਸ ਤਰ੍ਹਾਂ ਨਾਲ ਟਰਬਾਈਨ ਜਦੋਂ ਘੁੰਮਦੀ ਆ ਉਹਦੇ ਨਾਲ ਬੇਟੇ ਨਾਲ ਜਨਰੇਟਰ ਲੱਗਿਆ ਹੋਇਆ, ਅਤੇ ਜਨਰੇਟਰ ਚੱਲਦਾ, ਠੀਕ ਹੈ। ਆਹ ਦੇਖੋ ਜਨਰੇਟਰ ਹੈ, ਅਤੇ ਜਨਰੇਟਰ ਚੱਲਦਾ, ਉਸ ਦੇ ਨਾਲ ਟਰਾਂਸਫਾਰਮਰ ਹੈ, ਫਿਰ ਉਸ ਤੋਂ ਬਾਅਦ ਜਿਹੜੀ ਬਿਜਲੀ ਹੈ ਉਹ ਖੰਭਿਆਂ ਰਾਹੀਂ ਅਤੇ ਅਸੀਂ ਦੂਰ ਦੂਰ ਤੱਕ ਪਹੁੰਚਾਉਂਦੇ ਹਾਂ। ਇਸ ਤਰ੍ਹਾਂ ਨਾਲ ਇਹ ਪਾਣੀ ਤੋਂ ਅਸੀਂ ਬਿਜਲੀ ਤਿਆਰ ਕਰਦੇ ਹਾਂ ਡੈਮ ਦੇ ਵਿੱਚ। ਇਹ ਤਾਂ ਹੋ ਗਿਆ ਬੇਟੇ ਕਿਵੇਂ ਅਸੀਂ ਪਾਣੀ ਤੋਂ ਬਿਜਲੀ ਤਿਆਰ ਕਰਦੇ ਹਾਂ, ਅਤੇ ਸਾਡੇ ਕੋਲ ਹੋਰ ਵੀ ਸਾਧਨ ਨੇ। ਕੋਲੇ ਤੋਂ ਵੀ ਬਿਜਲੀ ਤਿਆਰ ਕਰਦੇ ਹਾਂ ਅਸੀਂ। ਆਹ ਦੇਖੋ ਜਿਵੇਂ ਥਰਮਲ ਪਾਵਰ ਪਲਾਂਟ ਦਿਖਾਏ ਨੇ, ਆਪਣੇ ਪੰਜਾਬ ਵਿੱਚ ਵੀ ਹੈਗੇ ਨੇ, ਬਠਿੰਡੇ ਵੀ ਹੈ। ਅਤੇ ਇਹ ਦੇਖੋ ਥਰਮਲ ਪਲਾਂਟ ਦੇ ਵਿੱਚ ਅਸੀਂ ਕੋਲੇ ਤੋਂ ਬਿਜਲੀ ਤਿਆਰ ਕਰ ਲੈਂਦੇ ਹਾਂ। ਇਹ ਕਿਵੇਂ ਤਿਆਰ ਹੁੰਦੀ ਆ? ਆ ਚਿੱਤਰ ਦੇਖੋ ਧਿਆਨ ਨਾਲ। ਇਸ ਦੇ ਵਿੱਚ ਕੀ ਹੈ, ਕੋਲੇ ਤੋਂ ਅਸੀਂ ਪਾਣੀ ਗਰਮ ਕਰਦੇ ਹਾਂ, ਅਤੇ ਪਾਣੀ ਆ ਜਿਹੜਾ ਉਹ ਸਟੀਮ ਬਣ ਜਾਂਦਾ। ਆਹ ਦੇਖੋ ਸਟੀਮ ਬਣ ਕੇ ਭਾਫ਼ ਬਣ ਜਾਂਦਾ, ਅਤੇ ਭਾਫ਼ ਬਣ ਕੇ ਫਿਰ ਅੱਗੇ ਜਾ ਕੇ ਟਰਬਾਈਨਸ ਨੂੰ ਚਲਾਉਂਦਾ। ਅਤੇ ਟਰਬਾਈਨਸ ਚੱਲਦੀਆਂ ਨੇ, ਟਰਬਾਈਨਸ ਅੱਗੇ ਜਨਰੇਟਰ ਨੂੰ ਚਲਾਉਂਦੀਆਂ ਨੇ, ਅਤੇ ਇਸ ਤਰ੍ਹਾਂ ਜਨਰੇਟਰ ਬਿਜਲੀ ਪੈਦਾ ਕਰਦੇ ਨੇ। ਇੱਧਰ ਇਹ ਕੂਲਿੰਗ ਟਾਵਰ ਹੁੰਦੇ ਨੇ, ਇਹ ਕੂਲਿੰਗ ਟਾਵਰ ਜਿਹੜੇ ਸਟੀਮ ਨੂੰ ਫਿਰ ਵਾਪਸ ਠੰਡਾ ਕਰਕੇ, ਭਾਫ਼ ਨੂੰ ਠੰਡਾ ਕਰਕੇ ਪਾਣੀ 'ਚ ਬਦਲ ਦਿੰਦੇ ਨੇ, ਅਤੇ ਉਹ ਪਾਣੀ ਫਿਰ ਵਾਪਸ ਆ ਜਾਂਦਾ। ਇਸ ਤਰ੍ਹਾਂ ਇਹ ਸਰਕਲ ਜਿਹੜਾ ਚੱਲਦਾ ਰਹਿੰਦਾ, ਅਤੇ ਕੋਲੇ ਤੋਂ ਅਸੀਂ ਬਿਜਲੀ ਪੈਦਾ ਕਰ ਲੈਂਦੇ ਹਾਂ। ਇਹ ਤਾਂ ਹੋ ਗਿਆ ਬੇਟੇ ਕਿਵੇਂ ਕੋਇਲੇ ਤੋਂ ਬਿਜਲੀ ਤਿਆਰ ਹੁੰਦੀ ਹੈ, ਅਤੇ ਇਸੇ ਤਰ੍ਹਾਂ ਅਸੀਂ ਪਾਣੀ ਹਵਾ ਤੋਂ ਵੀ ਬਿਜਲੀ ਤਿਆਰ ਕਰ ਸਕਦੇ ਹਾਂ। ਪੌਣ ਚੱਕੀਆਂ ਜਿਵੇਂ ਚਿੱਤਰ ਵਿੱਚ ਦਿਖਾਏ ਆ ਗਈਆਂ ਨੇ, ਇਹ ਪੌਣ ਚੱਕੀਆਂ ਨੇ,
ਤੇ ਇਹਦੇ ਜਿਹੜੇ ਬਲੇਡ ਨੇ ਜਦੋਂ ਘੁੰਮਦੇ ਨੇ ਤਾਂ ਉਸ ਦੇ ਨਾਲ ਕੀ ਹੁੰਦਾ, ਟਰਬਾਈਨਸ ਘੁੰਮਦੀਆਂ ਨੇ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ। ਜਦੋਂ ਬਲੇਡ ਘੁੰਮੂਗਾ ਨਾਲ ਟਰਬਾਈਨ ਘੁੰਮੂਗੀ, ਤੇ ਉਸ ਦੇ ਨਾਲ ਫਿਰ ਜਨਰੇਟਰ ਚੱਲੂਗਾ, ਜਨਰੇਟਰ ਚੱਲੂਗਾ ਬਿਜਲੀ ਪੈਦਾ ਕਰੂਗਾ, ਤੇ ਇਸ ਤਰ੍ਹਾਂ ਨਾਲ ਅਸੀਂ ਬਿਜਲੀ ਘਰ ਦੇ ਵਿੱਚ ਬਿਜਲੀ ਭੇਜ ਸਕਦੇ ਹਾਂ। ਸੋ ਬੱਚਿਓ, ਤੇ ਇਹ ਤਾਂ ਹੋ ਗਿਆ ਪਾਣੀ ਹਵਾ ਤੋਂ ਕਿਵੇਂ ਅਸੀਂ ਬਿਜਲੀ ਤਿਆਰ ਕੀਤੀ ਆ, ਤੇ ਇਸੇ ਤਰ੍ਹਾਂ ਅਸੀਂ ਸੂਰਜ ਤੋਂ ਵੀ ਬਿਜਲੀ ਤਿਆਰ ਕਰਦੇ ਆ, ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲ ਲੈਂਦੇ ਆ। ਤੇ ਇਹ ਵੀ ਇਹ ਤਾਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਸੋਰਸ ਹੈ, ਤੇ ਇਹਦੇ ਵਿੱਚ ਸਾਡੀ ਕੋਈ ਲਾਗਤ ਵੀ ਘੱਟ ਆਉਂਦੀ ਹੈ, ਕੋਈ ਇਹ ਨਾ ਖਪਣ ਵਾਲਾ ਸੋਰਸ ਹੈ। ਹੁਣ ਦੇਖੋ, ਆ ਸੂਰਜੀ ਊਰਜਾ ਜਿਹੜੀ ਹੈਗੀ ਜਦੋਂ ਸੋਲਰ ਸੈਲਸ 'ਤੇ ਪੈਂਦੀ ਆ, ਤਾਂ ਜਿਹੜੀ ਸੂਰਜੀ ਊਰਜਾ ਉਹ ਬਿਜਲੀ ਊਰਜਾ ਦੇ ਵਿੱਚ ਬਦਲ ਜਾਂਦੀ ਹੈ। ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਕਈ ਵਾਰੀ ਵੱਡੀਆਂ ਬਿਲਡਿੰਗਾਂ 'ਤੇ ਸੋਲਰ ਪੈਨਲ ਲੱਗੇ ਵੀ ਹੁੰਦੇ ਨੇ, ਅਤੇ ਤੁਸੀਂ ਆਰਾਮ ਨਾਲ ਦੇਖ ਵੀ ਸਕਦੇ ਹੋ। ਅਤੇ ਇਹ ਬਿਜਲੀ ਅਸੀਂ ਘਰਾਂ ਦੇ ਵਿੱਚ ਜਿਵੇਂ ਜ਼ਰੂਰੀ ਸਾਡੀਆਂ ਲੋੜਾਂ ਨੇ, ਜ਼ਰੂਰਤ ਅਨੁਸਾਰ ਜਿਵੇਂ ਬਲਬ ਜਾਗੇ, ਪੱਖੇ ਜਾਗੇ, ਜਾਂ ਫਿਰ ਅਸੀਂ ਗੀਜ਼ਰ ਚਲਾ ਸਕਦੇ ਹਾਂ। ਸੋ ਬੇਟੇ, ਇਹ ਸੂਰਜੀ ਊਰਜਾ ਨੂੰ ਅਸੀਂ ਕਿਵੇਂ ਬਿਜਲੀ ਪੈਦਾ ਕਰਦੇ ਹਾਂ ਇਹ ਦੱਸਿਆ ਗਿਆ। ਅਤੇ ਹੁਣ ਲਾਸਟ ਦੇ ਵਿੱਚ ਇੱਕ ਹੈ ਨਿਊਕਲੀਅਰ ਊਰਜਾ। ਨਿਊਕਲੀਅਰ ਊਰਜਾ ਤੋਂ ਵੀ ਅਸੀਂ ਬਿਜਲੀ ਪ੍ਰਾਪਤ ਕਰ ਸਕਦੇ ਹਾਂ। ਤੁਸੀਂ ਨਿਊਕਲੀਅਰ ਬੰਬਾਂ ਬਾਰੇ ਤਾਂ ਸੁਣਿਆ ਹੀ ਹੋਣਾ, ਅਤੇ ਇਹ ਜਿਹੜੇ ਜੇ ਅਸੀਂ ਨਿਊਕਲੀਅਰ ਊਰਜਾ ਨਾਲ ਬੰਬ ਬਣਾ ਸਕਦੇ ਹਾਂ ਜੋ ਬਹੁਤ ਖਤਰਨਾਕ ਹੁੰਦੇ ਆ, ਅਤੇ ਇਹਨੂੰ ਆਪਾਂ ਚੰਗੇ ਕੰਮਾਂ ਲਈ ਵੀ ਯੂਜ਼ ਕਰ ਸਕਦੇ ਹਾਂ। ਚੰਗੇ ਕੰਮਾਂ ਲਈ ਜੇ ਆਪਾਂ ਇਹਨੂੰ ਬਿਜਲੀ ਬਣਾ ਲਈਏ ਇਸ ਤੋਂ, ਨਿਊਕਲੀਅਰ ਊਰਜਾ ਤੋਂ, ਤਾਂ ਇਹ ਬਹੁਤ ਥੋੜ੍ਹਾ ਸਾਨੂੰ ਬਾਲਣ ਦੀ ਲੋੜ ਪੈਂਦੀ ਆ, ਅਤੇ ਬਹੁਤ ਜ਼ਿਆਦਾ ਮਾਤਰਾ 'ਚ ਅਸੀਂ ਬਿਜਲੀ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਤੁਹਾਨੂੰ ਚਿੱਤਰ ਵਿੱਚ ਦਿਖਾਇਆ, ਇਹਦੇ ਵਿੱਚ ਜਿਹੜੀ ਨਿਊਕਲੀਅਰ ਰਿਐਕਟਰ ਹੈ, ਇਹਦੇ ਵਿੱਚ ਬਾਲਣ ਪਾ ਕੇ, ਨਿਊਕਲੀਅਰ ਬਾਲਣ ਪਾਇਆ ਜਾਂਦਾ, ਅਤੇ ਉਹ ਫਿਰ ਕੀ ਕਰਦਾ, ਪਾਣੀ ਨੂੰ ਭਾਫ਼ ਦੇ ਵਿੱਚ ਬਦਲ ਦਿੰਦਾ, ਅਤੇ ਉਹ ਭਾਫ਼ ਆ ਜਿਹੜੀ ਫਿਰ ਟਰਬਾਈਨ ਨੂੰ ਚਲਾਉਂਦੀ ਆ, ਫਿਰ ਉਹ ਜਨਰੇਟਰ ਚੱਲਦਾ, ਇਸ ਤਰ੍ਹਾਂ ਨਾਲ ਬਿਜਲੀ ਪੈਦਾ ਹੁੰਦੀ ਆ। ਅਤੇ ਇਹਦੇ ਨਾਲ ਕੂਲਿੰਗ ਟਾਵਰਸ ਲੱਗੇ ਨੇ। ਇਹ ਜਿਹੜਾ ਨਿਊਕਲੀਅਰ ਊਰਜਾ ਤੋਂ ਜਾਂ ਅਸੀਂ ਥਰਮਲ ਊਰਜਾ ਤੋਂ ਜਾਂ ਜਿਹੜੀ ਹੈਗੀ ਕੋਇਲੇ ਤੋਂ ਬਿਜਲੀ ਤਿਆਰ ਕਰਦੇ ਆ, ਇਹ ਦੋਨੇ ਇੱਕੋ ਜਿਹੇ ਤਰੀਕੇ ਹੀ ਹੈਗੇ ਆ। ਸੋ ਇਹ ਜਿਹੜੀ ਨਿਊਕਲੀਅਰ ਊਰਜਾ ਜਿਹੜੀ ਹੈਗੀ ਹੈ ਥੋੜ੍ਹੀ ਜਿਹੀ ਖਤਰਨਾਕ ਹੈ, ਕਿਉਂਕਿ ਇਹਦੇ ਵਿੱਚ ਜਿਹੜੀਆਂ ਕਿਰਨਾਂ ਨੇ ਜਦੋਂ ਬਾਹਰ ਨਿਕਲਦੀਆਂ ਉਹ ਸਾਡੇ ਲਈ ਖਤਰਾ ਪੈਦਾ ਕਰਦੀਆਂ, ਇਸ ਕਰਕੇ ਥੋੜ੍ਹੇ ਜਿਹੇ ਘੱਟ ਬਣਾਏ ਜਾਂਦੇ ਨੇ, ਪਰ ਇਹ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਨੇ। ਸੋ ਬੱਚਿਓ, ਇਹ ਤਾਂ ਸਾਨੂੰ ਹੋ ਗਿਆ ਕਿ ਅਸੀਂ ਕਿਹੜੇ ਕਿਹੜੇ ਸਾਧਨਾਂ ਤੋਂ ਅਸੀਂ ਬਿਜਲੀ ਤਿਆਰ ਕਰਦੇ ਹਾਂ ਜੋ ਅਸੀਂ ਆਮ ਘਰਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਵਰਤਦੇ ਹਾਂ। ਸੋ ਬੱਚਿਓ, ਅਗਰ ਬਿਜਲੀ ਚਲੀ ਜਾਵੇ ਤਾਂ ਫਿਰ ਅਸੀਂ ਕੀ ਕਰਾਂਗੇ? ਜੇ ਬਿਜਲੀ ਚਲੀ ਗਈ ਤਾਂ ਫਿਰ ਅਸੀਂ ਟੋਰਚ ਦੀ ਵਰਤੋਂ ਕਰਦੇ ਹਾਂ, ਠੀਕ ਹੈ? ਅਤੇ ਟੋਰਚ ਕਿਸ ਚੀਜ਼ ਨਾਲ ਚੱਲਦੀ ਹੈ? ਟੋਰਚ ਬਿਜਲੀ ਸੈੱਲ ਨਾਲ ਚੱਲਦੀ ਹੈ। ਹੁਣ ਤੁਸੀਂ ਜਿਵੇਂ ਚਿੱਤਰ ਵਿੱਚ ਦੇਖਿਆ ਬਿਜਲੀ ਸੈੱਲ, ਇਹ ਆਮ ਹੀ ਤੁਸੀਂ ਘਰਾਂ ਦੇ ਵਿੱਚ ਦੇਖਦੇ ਹੋ। ਆਹ ਇਹਦੀ ਅੰਦਰੂਨੀ ਪਿਕਚਰ ਹੈ ਬਿਜਲੀ ਸੈੱਲ ਦੀ, ਅਤੇ ਇਹਦੇ ਵਿੱਚ ਦੇਖੋ ਤੁਸੀਂ ਦੋ ਟਰਮੀਨਲ ਨੇ। ਆਹ ਦੇਖੋ ਬੱਚਿਓ, ਆਹ ਸੈੱਲ ਹੈ, ਜਿਵੇਂ ਇਸ ਦੇ ਵਿੱਚ ਦੋ ਟਰਮੀਨਲ ਨੇ, ਇੱਕ ਉੱਪਰ ਆ ਜਿਹੜਾ ਉਹ ਧਨਾਤਮਿਕ ਟਰਮੀਨਲ ਹੈ, ਅਤੇ ਜਿਹੜਾ ਨੀਚੇ ਆ ਉਹ ਰਿਣਾਤਮਿਕ ਟਰਮੀਨਲ ਹੈ। ਅਤੇ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ, ਇਸ ਦੇ ਵਿੱਚ ਜਿੰਕ ਦਾ ਇੱਕ ਖੋਲ ਹੁੰਦਾ ਜਿਹੜਾ ਲਾਲ ਰੰਗ ਦਾ ਦਿਖਾਇਆ, ਇਹ ਰਿਣਾਤਮਿਕ ਟਰਮੀਨਲ ਬਣ ਜਾਂਦਾ, ਅਤੇ ਇੱਕ ਇਹਦੇ ਵਿੱਚ ਗ੍ਰੇਫਾਈਟ ਦੀ ਛੜ ਹੈ। ਗ੍ਰੇਫਾਈਟ ਦੀ ਛੜ ਜਿਹੜੀ ਉਹ ਧਨਾਤਮਿਕ ਟਰਮੀਨਲ ਦਾ ਕੰਮ ਕਰਦੀ ਹੈ, ਅਤੇ ਇਹਦੇ ਵਿੱਚ ਜੋ ਰਸਾਇਣਿਕ ਪਦਾਰਥ ਪਾਏ ਜਾਂਦੇ ਨੇ ਉਹ ਹੈਗੇ ਨੇ ਮੈਗਨੀਸ ਡਾਈਆਕਸਾਈਡ, ਅਮੋਨੀਅਮ ਕਲੋਰਾਈਡ ਅਤੇ ਕਾਰਬਨ ਦੀ ਪੇਸਟ ਬਣਾ ਕੇ ਪਾਏ ਜਾਂਦੇ ਨੇ। ਅਤੇ ਇਹ ਰਸਾਇਣਿਕ ਪਦਾਰਥ ਜਿਵੇਂ ਜਿਵੇਂ ਮਤਲਬ ਕਿਰਿਆ ਕਰਦੇ ਨੇ ਉਵੇਂ ਬਿਜਲੀ ਤਿਆਰ ਹੁੰਦੀ ਹੈ। ਇੱਕ ਬੇਟੇ ਖਿਆਲ ਰੱਖਣਾ ਕਿ ਇਹਦੇ ਦੋਨੇ ਟਰਮੀਨਲਾਂ ਨੂੰ ਕਦੇ ਵੀ ਆਪਸ ਦੇ ਵਿੱਚ ਜੋੜਨਾ ਨਹੀਂ। ਜੇ ਆਪਸ ਦੇ ਵਿੱਚ ਜੁੜ ਜਾਣਗੇ ਤਾਂ ਇਸ ਦੇ ਨਾਲ ਕੀ ਹੁੰਦਾ ਕਿ ਉਹ ਜਿਹੜਾ ਰਸਾਇਣਿਕ ਪਦਾਰਥ ਨੇ ਉਹ ਬਹੁਤ ਤੇਜ਼ੀ ਨਾਲ ਖਰਚ ਹੋ ਜਾਂਦੇ ਨੇ, ਅਤੇ ਨਾਲ ਦੀ ਨਾਲ ਹੀ ਇਹ ਸੈੱਲ ਕੰਮ ਕਰਨਾ ਬੰਦ ਕਰ ਦਿੰਦਾ।
ਸੋ ਇਹ ਜ਼ਰੂਰ ਤੁਸੀਂ ਖਿਆਲ ਰੱਖਣਾ। ਹੁਣ ਬੇਟੇ ਟਾਰਚ ਦੇ ਵਿੱਚ ਇੱਕ ਤਾਂ ਤੁਹਾਨੂੰ ਦੱਸਿਆ ਕਿ ਸੈੱਲ ਨਾਲ ਚੱਲਦੀ ਆ, ਬਿਜਲੀ ਸੈੱਲ ਨਾਲ ਚੱਲਦੀ ਆ, ਅਤੇ ਜਿਹੜਾ ਇਹਦਾ ਭਾਗ ਦੀਪਤ ਹੁੰਦਾ ਉਹ ਬਲਬ ਹੁੰਦਾ, ਅਤੇ ਬਲਬ ਦੇ ਵਿੱਚ ਕਿਹੜਾ ਭਾਗ ਦੀਪਤ ਹੁੰਦਾ ਤੁਸੀਂ ਦੇਖਿਆ ਹੋਵੇਗਾ ਕਿ ਜਿਵੇਂ ਬਲਬ ਹੈਗਾ ਇਸ ਦੇ ਵਿੱਚ ਇੱਕ ਪਤਲੀ ਤਾਰ ਹੁੰਦੀ ਆ, ਇਸ ਦੇ ਵਿੱਚ ਇੱਕ ਪਤਲੀ ਤਾਰ ਹੁੰਦੀ ਆ ਅਤੇ ਜਿਸ ਨੂੰ ਅਸੀਂ ਫਿਲਾਮੈਂਟ ਕਹਿੰਦੇ ਹਾਂ, ਅਤੇ ਇਹ ਤੰਤੂ ਆ ਜਿਹੜਾ ਉਹ ਦੋ ਮੋਟੀਆਂ ਤਾਰਾਂ ਦੇ ਵਿਚਕਾਰ ਲੱਗਿਆ ਹੁੰਦਾ ਹੈ, ਅਤੇ ਇਸ ਦੇ ਵਿੱਚ ਇੱਕ ਜਿਹੜਾ ਕੱਚ ਦਾ ਖੋਲ ਹੈ ਉਹ ਇੱਕ ਧਾਤ ਉੱਪਰ ਧਾਤ ਦੇ ਆਧਾਰ 'ਤੇ ਟਿਕਿਆ ਹੁੰਦਾ ਹੈ। ਇਸ ਧਾਤ ਦੇ ਢਾਂਚੇ ਦੇ ਥੱਲੇ ਇੱਕ ਨੋਕ ਹੁੰਦੀ ਹੈ, ਜਿਵੇਂ ਕਿ ਟੌਰਚ ਦਾ ਬਲਬ ਹੈ, ਇਸ ਦੇ ਨੀਚੇ ਇੱਕ ਨੋਕ ਹੈ। ਸੋ ਇਸ ਦੇ ਦੋ ਟਰਮੀਨਲ ਹੁੰਦੇ ਨੇ, ਇੱਕ ਤਾਂ ਨੋਕ ਵਾਲਾ ਹੋ ਗਿਆ, ਇੱਕ ਧਾਤ ਦਾ ਢਾਂਚਾ ਹੋ ਗਿਆ। ਸੋ ਇਸ ਦੇ ਦੋ ਟਰਮੀਨਲ ਇਹ ਹੋ ਗਏ, ਜਿਵੇਂ ਕਿ ਸੈੱਲ ਦੇ ਵੀ ਦੋ ਟਰਮੀਨਲ ਹੁੰਦੇ ਆ, ਇੱਕ ਧਨਾਤਮਕ ਸਿਰਾ ਅਤੇ ਦੂਸਰਾ ਰਿਣਾਤਮਕ ਸਿਰਾ। ਆ ਚਿੱਤਰ ਦੇਖੋ ਬੱਚਿਓ, ਇਸ ਦੇ ਵਿੱਚ ਦਿਖਾਇਆ ਗਿਆ ਟੌਰਚ ਦੇ ਬਲਬ ਨੇ ਅਤੇ ਉਹਨਾਂ ਦੇ ਦੋ ਟਰਮੀਨਲ ਕਿਹੜੇ ਕਿਹੜੇ ਨੇ ਜਿਹੜੇ ਅਸੀਂ ਕਨੈਕਸ਼ਨ ਜੋੜਨੇ ਆ। ਇੱਕ ਤਾਂ ਦੇਖੋ ਧਾਤ ਦੇ ਢਾਂਚੇ 'ਤੇ ਹੋ ਗਿਆ ਅਤੇ ਦੂਸਰਾ ਆ ਨੀਚੇ ਹੋ ਗਿਆ, ਨੋਕ ਹੋ ਗਈ, ਅਤੇ ਆਹ ਦੇ ਵਿੱਚ ਫਿਲਾਮੈਂਟ ਦਿਖਾਏ ਹੋਏ ਨੇ। ਅਤੇ ਜਦੋਂ ਇਹ ਫਿਲਾਮੈਂਟ ਕਿਸੇ ਕਾਰਨ ਕਰਕੇ ਟੁੱਟ ਜਾਂਦੇ ਨੇ ਤਾਂ ਉਹ ਬਲਬ ਫਿਊਜ਼ ਹੋ ਜਾਂਦਾ। ਸੋ ਜੇ ਬਲਬ ਤਾਰ ਟੁੱਟੀ ਹੋਵੇ ਤਾਂ ਬਲਬ ਫਿਊਜ਼ ਹੋਇਆ ਮੰਨਿਆ ਜਾਂਦਾ, ਇੱਕ ਕਾਰਨ ਹੈ। ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਬਿਜਲੀ ਸੈੱਲ ਦੇ ਨਾਲ ਕਿਵੇਂ ਇੱਕ ਬਿਜਲੀ ਦੇ ਬਲਬ ਨੂੰ ਅਸੀਂ ਪ੍ਰਕਾਸ਼ਮਾਨ ਕਰ ਸਕਦੇ ਹਾਂ। ਸੋ ਬਲਬ ਨਾਲ ਜੋੜਨ ਦੇ ਲਈ ਸਾਨੂੰ ਤਾਰਾਂ ਚਾਹੀਦੀਆਂ ਨੇ, ਅਤੇ ਜਿਵੇਂ ਕਿ ਮੇਰੇ ਕੋਲ ਹੈਗੀ ਆ ਲਾਲ ਰੰਗ ਦੀ ਤਾਰ ਆ ਜਿਵੇਂ, ਅਤੇ ਆਮ ਕਰਕੇ ਅਸੀਂ ਜਿਹੜਾ ਧਨਾਤਮਕ ਟਰਮੀਨਲ ਆ ਉਹਨੂੰ ਅਸੀਂ ਲਾਲ ਰੰਗ ਦੀ ਤਾਰ ਨਾਲ ਜੋੜਦੇ ਹਾਂ, ਅਤੇ ਜਿਹੜਾ ਰਿਣਾਤਮਕ ਟਰਮੀਨਲ ਆ ਉਹਨੂੰ ਅਸੀਂ ਨੀਲੀ ਜਾਂ ਹਰੀ ਤਾਰ ਨਾਲ ਜੋੜਦੇ ਹਾਂ। ਤਾਂ ਅਸੀਂ ਪਹਿਲਾਂ ਤਾਰ ਲੈ ਕੇ ਅਤੇ ਬਲੇਡ ਦੇ ਨਾਲ ਅਸੀਂ ਉਹਨਾਂ ਦਾ ਜਿਹੜਾ ਪਲਾਸਟਿਕ ਦਾ ਕਵਰ ਆ ਉਹਨੂੰ ਰਿਮੂਵ ਕਰ ਲੈਂਦੇ ਹਾਂ। ਦੋਨੇ ਸਿਰੇ ਰਿਮੂਵ ਕਰ ਲਓ, ਫਿਰ ਜਿਵੇਂ ਸੈੱਲ ਲੈ ਲਿਆ ਅਤੇ ਸੈੱਲ ਦੇ ਨਾਲ ਰੱਖ ਕੇ ਸੈੱਲੋ ਟੇਪ ਲਗਾ ਕੇ ਇਹਨੂੰ ਅਸੀਂ ਜੋੜ ਸਕਦੇ ਹਾਂ ਉੱਤੋਂ। ਇਸ ਤਰ੍ਹਾਂ ਇੱਕ ਹੋਰ ਲੈ ਲਓ ਤਾਰ ਅਤੇ ਉਹਨੂੰ ਵੀ ਸੈੱਲੋ ਟੇਪ ਨਾਲ ਜੋੜ ਦਿਓ। ਫਿਰ ਇਸ 'ਤੇ ਰਬੜ ਬੈਂਡ ਚੜ੍ਹਾ ਦਿਓ ਤਾਂ ਕਿ ਇਹ ਤਾਰਾਂ ਜਿਹੜੀਆਂ ਹੈਗੀਆਂ ਜੁੜੀਆਂ ਰਹਿਣ। ਇਸ ਤਰ੍ਹਾਂ ਇਹਦਾ ਜਿਹੜਾ ਦੂਜਾ ਸਿਰਾ ਹੈਗਾ ਉਹ ਅਸੀਂ ਬਲਬ ਦੇ ਟਰਮੀਨਲ ਨਾਲ ਜੋੜਨਾ। ਆ ਦੇਖੋ ਦੋ ਤਾਰਾਂ ਜਿਹੜੀਆਂ ਹੈਗੀਆਂ ਉਹ ਅਸੀਂ ਸੈੱਲ ਨਾਲ ਜੋੜਤੀਆਂ, ਅਤੇ ਇੱਕ ਤਾਰ ਅਸੀਂ ਬਲਬ ਦੇ ਜਿਹੜਾ ਧਾਤੂ ਦਾ ਢਾਂਚਾ ਹੈਗਾ ਉਹਦੇ ਮੈਂ ਆਸੇ ਪਾਸੇ ਲਪੇਟ ਲਈ, ਚਾਹੇ ਟੇਪ ਲਗਾ ਲਓ ਤੁਸੀਂ।
ਤੇ ਜਦੋਂ ਹੁਣ ਮੈਂ ਇਸ ਤਾਰ ਨੂੰ ਇਸ ਦੇ ਦੂਜੇ ਟਰਮੀਨਲ ਨਾਲ ਛੂਹੂੰਗੀ ਤਾਂ ਦੇਖੋ ਬਿਜਲੀ ਦਾ ਸਰਕਟ ਪੂਰਾ ਹੋ ਗਿਆ ਤੇ ਬਲਬ ਨੇ ਜਗਣਾ ਸ਼ੁਰੂ ਕਰ ਦਿੱਤਾ। ਠੀਕ ਹੈ ਬੱਚਿਓ, ਇਸ ਤਰ੍ਹਾਂ ਦੇ ਨਾਲ ਅਸੀਂ ਬਿਜਲੀ ਸੈੱਲ ਦੇ ਨਾਲ ਬਿਜਲੀ ਦਾ ਬਲਬ ਜੋੜ ਕੇ ਅਸੀਂ ਉਸ ਨੂੰ ਪ੍ਰਕਾਸ਼ਮਾਨ ਕਰ ਸਕਦੇ ਹਾਂ। ਹੁਣ ਦੇਖੋ ਮੈਂ 6 ਅਲੱਗ ਅਲੱਗ ਅਵਸਥਾਵਾਂ ਦਿਖਾਈਆਂ ਨੇ ਚਿੱਤਰ ਦੇ ਵਿੱਚ, ਦੇਖੋ 6 ਅਲੱਗ ਅਲੱਗ ਅਵਸਥਾਵਾਂ ਨੇ। ਅਤੇ ਜਿਸ ਤਰ੍ਹਾਂ ਬਿਜਲੀ ਸੈੱਲ ਨੂੰ ਅਸੀਂ ਬਿਜਲੀ ਬਲਬ ਨਾਲ ਜੋੜਿਆ, ਜਿਵੇਂ ਪਹਿਲਾਂ ਦੇ ਵਿੱਚ ਦੇਖੋ ਬਲਬ ਜਗ ਗਿਆ ਜਿਵੇਂ ਮੈਂ ਤੁਹਾਨੂੰ ਜਗਾ ਕੇ ਦਿਖਾਇਆ, ਅਤੇ ਇਸੇ ਤਰ੍ਹਾਂ ਦੂਸਰੇ ਦੇ ਵਿੱਚ ਬਲਬ ਨਹੀਂ ਜਗ ਰਿਹਾ, ਤੁਸੀਂ ਦੇਖੋਗੇ ਨੀਚੇ ਤਾਰ ਟੁੱਟੀ ਹੋਈ ਆ, ਕਨੈਕਸ਼ਨ ਜੁੜਿਆ ਹੀ ਨਹੀਂ ਹੋਇਆ ਇਸ ਕਰਕੇ। ਇਸ ਤਰ੍ਹਾਂ ਦੇ ਤੀਸਰੀ ਅਵਸਥਾ ਉਹਦੇ ਵਿੱਚ ਵੀ ਤੁਸੀਂ ਦੇਖੋ ਉੱਪਰੋਂ ਤਾਰ ਟੁੱਟੀ ਹੋਈ ਆ, ਸਰਕਟ ਪੂਰਾ ਹੀ ਨਹੀਂ ਹੋ ਰਿਹਾ ਇਸ ਕਰਕੇ ਜਗ ਨਹੀਂ ਰਿਹਾ ਬਲਬ। ਇਸੇ ਤਰ੍ਹਾਂ ਚੌਥਾ ਪੁਆਇੰਟ ਦੇਖੋ, ਉਹਦੇ ਵਿੱਚ ਕੀ ਕੀਤਾ ਕਿ ਅਸੀਂ ਦੋ ਟਰਮੀਨਲਾਂ ਨੂੰ, ਬਲਬ ਦੇ ਦੋਨੇ ਟਰਮੀਨਲਾਂ ਨੂੰ ਅਸੀਂ ਰਿਣਾਤਮਿਕ ਸਿਰੇ, ਸੈੱਲ ਦੇ ਰਿਣਾਤਮਿਕ ਸਿਰੇ ਨਾਲ ਇਕੱਠੇ ਜੋੜਤਾ। ਇਸ ਇਹ ਵੀ ਬੇਟੇ ਸਰਕਟ ਪੂਰਾ ਨਹੀਂ ਹੁੰਦਾ, ਇਸ ਕਰਕੇ ਇੱਥੇ ਵੀ ਬਲਬ ਨਹੀਂ ਜਗ ਰਿਹਾ। ਸੋ ਨੈਕਸਟ ਵਾਲੇ ਵਿੱਚ ਅਸੀਂ ਕੀ ਕੀਤਾ, ਦੋਨੇ ਸਿਰਿਆਂ ਨੂੰ ਉੱਪਰ ਧਨਾਤਮਿਕ ਸਿਰੇ ਨਾਲ ਜੋੜਤਾ, ਫਿਰ ਵੀ ਬਲਬ ਨਹੀਂ ਜਗੇਗਾ। ਅਤੇ ਲਾਸਟ ਦੇ ਵਿੱਚ ਕੰਪਲੀਟ ਸਰਕਟ ਜਿਹੜੇ ਹੈਗਾ ਸੈੱਲ, ਜਿਹੜਾ ਬਲਬ ਦੇ ਦੋਨੇ ਟਰਮੀਨਲਾਂ ਨੂੰ ਅਸੀਂ ਸੈੱਲ ਦੇ ਦੋਨੇ ਟਰਮੀਨਲਾਂ ਨਾਲ ਜੋੜਿਆ ਹੋਇਆ, ਅਤੇ ਇਹ ਜਿਹੜਾ ਬਲਬ ਆ ਪ੍ਰਕਾਸ਼ਮਾਨ ਹੋਵੇਗਾ। ਸੋ ਪਹਿਲੀ ਅਤੇ 6ਵੀਂ ਅਵਸਥਾ ਦੇ ਵਿੱਚ ਹੀ ਬਲਬ ਜਗੇਗਾ, ਅਤੇ ਆ ਵਿਚਲੀ ਅਵਸਥਾ ਦੇ ਵਿੱਚ ਕਿਉਂਕਿ ਕਨੈਕਸ਼ਨ ਪੂਰਾ ਪ੍ਰੋਪਰ ਹੈਗਾ ਅਤੇ ਬਲਬ ਨਹੀਂ ਜਗੇਗਾ। ਇਸ ਤਰ੍ਹਾਂ ਤੁਹਾਨੂੰ ਇਹ ਮੈਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਅਸੀਂ ਜੋੜਾਂਗੇ ਬਿਜਲੀ ਸੈੱਲ ਨੂੰ ਬਿਜਲੀ ਬਲਬ ਨਾਲ, ਅਤੇ ਇਹ ਪ੍ਰਕਾਸ਼ਮਾਨ ਹੋਵੇ। ਬਿਜਲੀ ਸਰਕਟ ਕੀ ਹੁੰਦਾ, ਜਦੋਂ ਅਸੀਂ ਬਿਜਲੀ ਸੈੱਲ ਦੇ ਦੋ ਟਰਮੀਨਲਾਂ ਦੇ ਵਿੱਚ ਬਿਜਲੀ ਧਾਰਾ ਦੇ ਸੰਪੂਰਨ ਪਥ ਨੂੰ ਦਰਸਾਉਂਦਾ ਹੈ। ਜਦੋਂ ਸਰਕਟ ਦੇ ਵਿੱਚ ਬਿਜਲੀ ਧਾਰਾ ਲੰਘਦੀ ਆ ਤਾਂ ਬਲਬ ਦੀਪਤ ਹੁੰਦਾ ਹੈ, ਜਿਵੇਂ ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ। ਇੱਕ ਕਲੋਜ਼ਡ ਸਰਕਟ ਆ, ਇੱਕ ਓਪਨ ਸਰਕਟ ਆ। ਕਲੋਜ਼ ਸਰਕਟ ਆ ਜਦੋਂ ਤਾਰਾਂ ਜੁੜੀਆਂ ਹੋਈਆਂ ਨੇ ਤਾਂ ਉਹ ਇਹਦੇ ਵਿੱਚ ਦੀ ਜਿਹੜੀ ਬਿਜਲੀ ਧਾਰਾ ਪ੍ਰਵਾਹ ਕਰ ਰਹੀ ਹੈ ਦੂਜੀ ਦੇ ਵਿੱਚ ਨਹੀਂ ਕਰ ਰਹੀ, ਅਤੇ ਉਹ ਫਿਰ ਬਲਬ ਨਹੀਂ ਜਗੇਗਾ। ਅਤੇ ਜਿਹੜੀ ਬਿਜਲੀ ਧਾਰਾ ਹੈਗੀ ਆ ਬੇਟੇ, ਇਹ ਧਨਾਤਮਿਕ ਟਰਮੀਨਲ ਤੋਂ ਰਿਣਾਤਮਿਕ ਟਰਮੀਨਲ ਵੱਲ ਹਮੇਸ਼ਾ ਪ੍ਰਵਾਹਿਤ ਹੁੰਦੀ ਹੈ, ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ। ਧਨਾਤਮਿਕ ਟਰਮੀਨਲ ਤੋਂ ਰਿਣਾਤਮਿਕ ਟਰਮੀਨਲ ਵੱਲ ਜਾਂਦੀ ਹੈ ਜਦੋਂ ਬਲਬ ਦੀਪਤ ਹੁੰਦਾ ਹੈ। ਨੈਕਸਟ ਹੈ ਬੇਟੇ ਬਿਜਲੀ ਸਵਿੱਚ। ਬਿਜਲੀ ਸਵਿੱਚ ਜਿਵੇਂ ਤੁਸੀਂ ਚਿੱਤਰ ਵਿੱਚ ਦੇਖਿਆ ਹੈਗਾ, ਇਹ ਇੱਕ ਸਰਲ ਯੰਤਰ ਹੈ ਜਿਹੜਾ ਕਿ ਸਰਕਟ ਨੂੰ ਜੋੜਨ ਜਾਂ ਤੋੜਨ ਦਾ ਕੰਮ ਕਰਦਾ ਹੈ। ਅਤੇ ਘਰਾਂ ਦੇ ਵਿੱਚ ਅਸੀਂ ਸਵਿੱਚ ਦਾ ਉਪਯੋਗ ਬਲਬ ਨੂੰ ਜਗਾਉਣ ਵਾਸਤੇ ਜਾਂ ਹੋਰ ਯੰਤਰ ਚਲਾਉਣ ਵਾਸਤੇ ਕਰਦੇ ਹਾਂ। ਅਤੇ ਵੈਸੇ ਤਾਂ ਦੇਖੋ ਸਵਿੱਚ ਇਸੇ ਤਰ੍ਹਾਂ ਦੀ ਹੁੰਦੀ ਆ, ਔਰ ਚੱਲ ਪਈ ਬੰਦ ਹੋ ਗਈ, ਪਰ ਅਸੀਂ ਇਸ ਨੂੰ ਆਪ ਵੀ ਬਣਾ ਸਕਦੇ ਹਾਂ। ਜਿਵੇਂ ਕਿ ਤੁਹਾਨੂੰ ਮੈਂ ਚਿੱਤਰ ਵਿੱਚ ਦਿਖਾਇਆ ਕਿ ਇੱਕ ਅਸੀਂ ਥਰਮੋਕੋਲ ਦਾ ਪੀਸ ਲੈ ਲਓ। ਥਰਮੋਕੋਲ ਦਾ ਪੀਸ ਲੈ ਕੇ ਉਸ ਦੇ ਉੱਪਰ ਦੋ ਪਿੰਨਾਂ ਲਗਾ ਲਓ, ਜਿਵੇਂ ਆਹ ਪਿੰਨਾਂ ਨੇ, ਅਤੇ ਇੱਕ ਅਸੀਂ ਬਸਕੂਆ ਘਰੇ ਹੁੰਦਾ ਉਹ ਇੱਕ ਸਾਈਡ 'ਤੇ ਉਹ ਲਗਾ ਲੈਣਾ। ਠੀਕ ਹੈ, ਉਹ ਅਤੇ ਉਸ ਦੇ ਨਾਲ ਇੱਕ ਥਰਮੋਕੋਲ ਉੱਪਰ ਅਸੀਂ ਟੇਪ ਦੀ ਮਦਦ ਦੇ ਨਾਲ ਸੈੱਲ ਲਗਾ ਲਿਆ। ਅਤੇ ਸੈੱਲ ਦੇ ਦੇਖੋ ਇੱਕ ਟਰਮੀਨਲ ਜਿਹੜਾ ਹੈਗਾ ਅਸੀਂ ਬਲਬ ਦੇ ਨਾਲ ਜੋੜ ਲਿਆ, ਅਤੇ ਉੱਧਰੋਂ ਅਸੀਂ ਇਸ ਪਿੰਨ ਦਾ ਇੱਕ ਟਰਮੀਨਲ ਬਲਬ ਦੇ ਨਾਲ ਜੋੜ ਲਿਆ। ਠੀਕ ਹੈ ਬੱਚਿਓ, ਅਤੇ ਇਸ ਤਰ੍ਹਾਂ ਦੇ ਨਾਲ ਅਸੀਂ ਜਿਹੜੀ ਆਪਾਂ ਘਰ ਸਵਿੱਚ ਬਣਾ ਸਕਦੇ ਹਾਂ, ਅਤੇ ਪੂਰਾ ਬਿਜਲੀ ਦਾ ਸਰਕਟ ਪੂਰਾ ਹੋ ਗਿਆ। ਹੁਣ ਜਦੋਂ ਮੈਂ ਇਸ ਨੂੰ ਇਹਦੇ ਨਾਲ ਦੇਖੋ ਛੂਹੂੰਗੀ ਤਾਂ ਸਰਕਟ ਪੂਰਾ ਹੋ ਜੂਗਾ। ਆਹ ਦੇਖੋ ਬਿਜਲੀ ਦਾ ਬਲਬ ਜਗ ਗਿਆ, ਅਤੇ ਜਦੋਂ ਮੈਂ ਇਹਨੂੰ ਪਰੇ ਕਰੂੰਗੀ ਤਾਂ ਬਿਜਲੀ ਦਾ ਬਲਬ ਨਹੀਂ ਜਗੇਗਾ। ਆਹ ਦੇਖੋ ਹੁਣ ਮੈਂ ਨਾਲ ਟੱਚ ਕਰੂੰਗੀ ਤਾਂ ਦੇਖੋ ਆਹ ਜਗ ਪਿਆ ਨਾ ਬਿਜਲੀ ਦਾ ਬਲਬ। ਅਤੇ ਹੁਣ ਇਹ ਸਰਕਟ ਪੂਰਾ ਹੋ ਗਿਆ। ਸੋ ਇਸ ਤਰ੍ਹਾਂ ਨਾਲ ਅਸੀਂ ਘਰ ਵਿੱਚ ਆਪਣੀ ਸਵਿੱਚ ਬਣਾ ਸਕਦੇ ਹਾਂ।
हाँ बच्चों, हुण बिजली टॉर्च तां तुसीं सारयां ने घर देखी होणी आ, जिवें चित्र विच दिखाई गई है। जदों लाइट नहीं हुंदी तां असीं इस टॉर्च दी वरतों करदे आ। आ इस टॉर्च दा अंदरूनी चित्र दिखाया मैं। देखो, दो सैल हैगे आ, ते जिहड़ा सैल दा धनात्मिक सिरा है ओहो अग्गे बल्ब नाल जुड़िया होया, ते जिहड़ा ऋणात्मक सिरा हैगा ओह अग्गे उधर देखो स्विच नाल जुड़ के, स्विच दे विचों दी हो के ओह बल्ब दे जिहड़ा धात दा ढांचा हैगा उस दे नाल जुड़िया होया है। अच्छा, असीं इत्थे सिंपल टार्च बना सकदे हाँ। एक सैल लै लो, ते सैल लै के असीं उसका एक सिरा तार नाल जोड़ लिया, ते एक सिरा उहदा मैं दूसरा सिरा ये जिहड़ा इहदा धात दा खोल आ उहदे ते जोड़ लिया। तुसीं इत्थे इस तरह करके भी जोड़ सकदे हाँ, जां फिर इहदे ते सैलो टेप भी लगा सकदे हो उत्ते। सो एक टर्मिनल तां असीं इधर जोड़ लिया, ते हुण इहदा एक सिरा हैगा असीं इस दे उपर नाल अटैच करता। जिहड़ा इहदा नोक है ना बल्ब दा, ओह इस दे धनात्मक टर्मिनल उपर रखदे हां। आ देखो, बल्ब जग गया। ये बेटे सिंपल टॉर्च है, को आपां घर ही बना सकते हैं। हाँ, अगर मैं इस दे नाल एक सैल होर लगा दां, इहदे उपर एक सैल होर रखना। हाँ, जदों असीं दो सैल जोड़ने आ ना, ये ख्याल रखना कि जे एक दा धनात्मक टर्मिनल आ दूसरे दे ऋणात्मक टर्मिनल नाल छूना चाहिए, इकट्ठे नहीं करने ये। हाँ देखो, इहदा धनात्मक सिरा हो गया ते दूसरे दा की हो गया ऋणात्मक सिरा, जुड़ गए बच्चों। ते हुण असीं बल्ब नूं की करना, इस दे धनात्मक सिरे उपर रखांगे। तां इस तरह नाल ये टॉर्च उस तो ज़्यादा शक्तिशाली बन जाएगी। सो इस तरह नाल असीं ये सिंपल टॉर्च बनाई है, ते जे इनू असीं पूरा स्विच ला के कवर कर दिए तां फिर ये दूसरी टॉर्च बन जाएगी। हाँ जी बच्चों, नेक्स्ट हैगा बिजली चालक ते बिजली रोधक। बिजली चालक की हुंदे ने? जो पदार्थ अपने अंदर बिजली तारा नूं प्रवाहित होण दिंदे ने उहनां नूं असीं की कहिंदे आ? बिजली चालक। जिवें उदाहरण दे तौर ते धातू, पाणी आदि, इह सब बिजली दे चालक हन। ते जो पदार्थ अपने अंदर बिजली तारा दा प्रवाह नहीं होण दिंदे उहनां नूं बिजली रोधक कहिंदे हन। सो रोधक कहड़े कहड़े हुंदे ने? जिवें रबड़ होया, कच, लक्कड़, थर्मोकोल, कार्क, प्लास्टिक, हवा आदि। हाँ बच्चे, ओ जिहड़ा अपना शरीर आ इह सब तों वड्डा बिजली दा चालक है। इसे करके जिहड़ा इलैक्ट्रिक शॉक लगण दा डर सानूं सब तों वध रहिंदा। ते बिजली दियां तारां जिवें तांबा, अलमीनियम, होर धातुआं, इह सब इह की ने? सब बिजली दे चालक ने। सो इसे करके जिहड़ियां तारां दे उपर असीं प्लास्टिक दा खोल चढ़ाउने आ, क्योंकि जिहड़ा प्लास्टिक आ ओह रोधक हुंदा है। सो प्लग आ जिहड़े ओह भी प्लास्टिक दे बणाउने आ, कुछ सॉकेट भी, तां कि जिहड़े हैगे ने ओह उपर विच तां, क्योंकि संचालक हुंदियां तारां, सो उहदे उपर जिहड़े प्लग ने ओह मतलब प्लास्टिक दे तां बणाउने आ, क्योंकि ओह रोधक हुंदे ने, उहनां दे विच मतलब जिहड़ी बिजली आ ओह प्रवाहित नहीं करदी। हुण जिवें तुसीं चित्र दे विच देखिआ, इह दो तारां ने, तारां दे उपर प्लास्टिक दे खोल जिहे ने, ते ओह रोधक ने, ते जिहड़ियां तारां ने ओह अंदर ओह चालक ने। क्या बेटे, इस तरह अग्गे देखो, जिवें कैंची पई आ, इहदे विच वी ऐ जिहड़ा मूहरला भाग ओह धात दा हैगा, ओह हैगा साडे कोले बिजली दा संचालक है, ते पिछला जिहड़ा इसदा हिस्सा हैगा ओह बिजली दा कुचालक रोधक है। ओह क्योंकि असीं उत्थों फड़ना हुंदा, इस करके। इस तरह जिहड़ी पेंसिल हैगी आ, इह भी बिजली दा रोधक है। किताब पई है,
ਇਹ ਵੀ ਬਿਜਲੀ ਦੇ ਰੋਧਕ ਹੈ। ਠੀਕ ਹੈ, ਇਸੇ ਤਰ੍ਹਾਂ ਤੁਸੀਂ ਚਿੱਤਰ ਵਿੱਚ ਦੇਖਿਆ ਚਮਚੇ ਵਗੈਰਾ ਜਿੰਨੇ ਵੀ ਇਹ ਧਾਤ ਦੇ ਬਣੇ ਹੁੰਦੇ ਆ, ਇਹ ਚਮਚੇ ਛੁਰੀਆਂ ਇਹ ਸਭ ਬਿਜਲੀ ਦੇ ਸੰਚਾਲਕ ਨੇ। ਜਿਵੇਂ ਰਬੜ ਦੀ ਕੋਈ ਰਿੰਗ ਹੈ ਉਹ ਬਿਜਲੀ ਦੀ ਰੋਧਕ ਹੈ, ਅਤੇ ਇਸੇ ਤਰ੍ਹਾਂ ਹੀ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਉੱਨ ਹੈ, ਲੱਕੜ ਹੈ, ਇਹ ਸਭ ਕੀ ਨੇ, ਬਿਜਲੀ ਦੇ ਰੋਧਕ ਨੇ। ਇਸੇ ਕਰਕੇ ਬੱਚਿਓ, ਅਗਰ ਅਸੀਂ ਘਰ ਕੋਈ ਵੀ ਕੰਮ ਕਰਨਾ ਬਿਜਲੀ ਨਾਲ, ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਚੱਪਲਾਂ ਰਬੜ ਦੀਆਂ ਪਾ ਕੇ ਰੱਖੀਏ, ਕਿਉਂਕਿ ਰਬੜ ਦੀਆਂ ਚੱਪਲਾਂ ਜਿਹੜੀਆਂ ਹੈਗੀਆਂ ਉਹ ਵਿੱਚ ਦੀ ਬਿਜਲੀ ਪ੍ਰਵਾਹਿਤ ਨਹੀਂ ਹੋਣ ਦੇਣਗੀਆਂ, ਅਤੇ ਅਸੀਂ ਗੰਭੀਰ ਸੱਟਾਂ ਲੱਗਣ ਤੋਂ ਬਚ ਸਕਦੇ ਹਾਂ। ਸੋ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹਾਂਗੀ, ਮੰਨ ਲਓ ਕੋਈ ਕੱਪੜੇ ਸੁੱਕਣੇ ਪਾਉਂਦਾ ਉਸ ਤਾਰ ਦੇ ਵਿੱਚ ਕਰੰਟ ਆ ਗਿਆ, ਠੀਕ ਹੈ, ਉਸਨੂੰ ਉਹ ਨਾਲ ਹੀ ਚੁੰਬੜ ਜਾਂਦਾ, ਅਤੇ ਉਸਨੂੰ ਬਚਾਉਣ ਵਾਲਾ ਕੀ ਕਰਦਾ, ਉਹਨੂੰ ਖਿੱਚ ਕੇ ਪਰੇ ਕਰਨ ਦੀ ਕੋਸ਼ਿਸ਼ ਕਰਦਾ, ਜਦਕਿ ਇੱਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਤੁਸੀਂ ਕੋਈ ਲੱਕੜ ਦੀ ਸੋਟੀ ਲੈ ਲਓ, ਲੱਕੜ ਦੀ ਕੋਈ ਚੀਜ਼ ਲੈ ਲਓ, ਜਿਸ ਦੇ ਨਾਲ ਉਸਨੂੰ ਉਸਦਾ ਹੱਥ 'ਤੇ ਮਾਰ ਕੇ ਉਸਨੂੰ ਤਾਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੋ, ਆਪ ਕਦੇ ਵੀ ਉਸਨੂੰ ਛੂਹਣਾ ਨਹੀਂ, ਕਿਉਂਕਿ ਜਦੋਂ ਛੂਹਣੇ ਹੋ ਤਾਂ ਬਿਜਲੀ ਜਿਹੜੀ ਹੈਗੀ ਆ ਉਹ ਤੁਹਾਡੇ ਸਰੀਰ ਵਿੱਚ ਵੀ ਪ੍ਰਵਾਹਿਤ ਹੋ ਜਾਂਦੀ ਆ। ਬਾਕੀ ਜਦੋਂ ਵੀ ਅਸੀਂ ਬਿਜਲੀ ਦਾ ਕੋਈ ਵੀ ਕੰਮ ਕਰਦੇ ਹਾਂ, ਤਾਂ ਅਸੀਂ ਜਾਂ ਤਾਂ ਪਲਾਸ ਦੀ ਵਰਤੋਂ ਕਰਦੇ ਹਾਂ, ਪੈਰਾਂ ਵਿੱਚ ਰਬੜ ਦੀਆਂ ਚੱਪਲਾਂ ਸੁੱਕੀਆਂ ਰੱਖਦੇ ਹਾਂ, ਅਤੇ ਇਹ ਰਬੜ ਹੋਈ ਲੱਕੜ ਹੋਈ ਇਹ ਇਸ ਦੇ ਵਿੱਚ ਦੀ ਬਿਜਲੀ ਪ੍ਰਵਾਹਿਤ ਨਹੀਂ ਹੁੰਦੀ, ਤਾਂ ਅਸੀਂ ਵੱਡੇ ਐਕਸੀਡੈਂਟਾਂ ਤੋਂ ਬਚ ਸਕਦੇ ਹਾਂ। ਚੇਤਾਵਨੀ, ਤੁਸੀਂ ਵੱਡੇ ਕਈ ਖੰਭਿਆਂ 'ਤੇ ਦੇਖਿਆ ਹੋਣਾ, ਜਾਂ ਜਿੱਥੇ ਬਿਜਲੀ ਘਰ ਹੈਗੇ ਆ ਉੱਥੇ ਇੱਕ ਖਤਰੇ ਦੇ ਨਿਸ਼ਾਨ ਵੀ ਲੱਗੇ ਹੁੰਦੇ ਨੇ, ਜਿਵੇਂ ਕਿ ਚਿੱਤਰ 'ਚ ਦਿਖਾਇਆ ਹੋਇਆ, ਇਹ ਤਾਂ ਤੁਸੀਂ ਆਮ ਹੀ ਦੇਖੇ ਹੋਣੇ ਆ ਖਤਰੇ ਦੇ ਨਿਸ਼ਾਨ ਲੱਗੇ ਹੋਏ ਕਿਸੇ ਖੰਭੇ ਉੱਪਰ ਜਾਂ ਹੋਰ। ਇਸ ਦਾ ਮਤਲਬ ਹੁੰਦਾ ਵੀ ਇੱਥੇ ਬਹੁਤ ਸ਼ਕਤੀਸ਼ਾਲੀ ਬਿਜਲੀ ਹੈਗੀ ਆ, ਖਤਰੇ ਵਾਲੀ ਬਿਜਲੀ ਆ, ਅਤੇ ਜੇ ਤੁਸੀਂ ਇੱਥੇ ਮਤਲਬ ਕਿਸੇ ਚੀਜ਼ ਨੂੰ ਹੱਥ ਨਹੀਂ ਲਗਾਉਣਾ, ਤਾਂ ਇਸ ਤੋਂ ਥੋੜ੍ਹਾ ਜਿਹਾ ਪਰੇ ਹੀ ਰਹਿਣਾ, ਤਾਂ ਕਿ ਤੁਸੀਂ ਕਿਸੇ ਗੰਭੀਰ ਸੱਟ ਲੱਗਣ ਤੋਂ ਜਾਂ ਮੌਤ ਹੋਣ ਤੋਂ ਬਚ ਸਕੋ। ਇਸ ਜਿੱਥੇ ਵੀ ਨਿਸ਼ਾਨ ਲੱਗੇ ਹੋਣ ਤਾਂ ਤੁਸੀਂ ਬੇਟੇ ਖਿਆਲ ਰੱਖਣਾ, ਕਿਸੇ ਉਪਕਰਨ ਉੱਪਰ ਵੀ ਨਿਸ਼ਾਨ ਲੱਗੇ ਹੋ ਸਕਦੇ ਨੇ ਵੀ ਇੱਥੇ ਖਤਰਾ ਹੈ, ਅਤੇ ਇਹ ਸਾਰੇ ਜਿਹੜੇ ਹੈਗੇ ਨੇ ਇਹ ਖਤਰੇ ਦੇ ਨਿਸ਼ਾਨ ਨੇ। ਆਹ ਦੇਖੋ, ਹਾਂ ਆਹ ਜਿੱਥੇ ਬਿਜਲੀ ਘਰ ਹੈ ਅਤੇ ਇਹਦੇ ਵਿੱਚ ਵੀ ਇੱਥੇ ਖਤਰੇ ਦਾ ਨਿਸ਼ਾਨ ਲੱਗੇ ਹੁੰਦੇ ਨੇ, ਤਾਂ ਕਿ ਕੋਈ ਬੱਚਾ ਨੇੜੇ ਨਾ ਆਵੇ, ਐਵੇਂ ਕਿਸੇ ਤਾਰ ਨੂੰ ਛੂਹਿਆ ਨਾ ਜਾ ਸਕੇ, ਜਾਂ ਜਿੱਥੇ ਜ਼ਿਆਦਾ ਪਲੱਗ ਨੇ ਸੌਕਿਟ ਨੇ ਉੱਥੋਂ ਵੀ ਤੁਸੀਂ ਪਰੇ ਰਹਿਣਾ ਹੁੰਦਾ, ਅਤੇ ਆਪਦਾ ਵਿਚਾਰ ਰੱਖਣਾ ਹੁੰਦਾ। ਅਤੇ ਜਿਹੜੇ ਪੋਰਟੇਬਲ ਜਨਰੇਟਰ ਹੈਗੇ ਆ, ਉਹ ਜਿਹੜੀ ਆਪਾਂ ਘਰ ਯੂਜ਼ ਕਰਦੇ ਹਾਂ, ਜਿਹੜੀ ਉਹਨਾਂ ਵਿੱਚ ਜਿਹੜੀ ਬਿਜਲੀ ਪੈਦਾ ਹੁੰਦੀ ਆ ਉਹ ਵੀ ਬੱਚਿਓ ਉਨੀ ਹੀ ਖਤਰਨਾਕ ਹੁੰਦੀ ਆ। ਇਹ ਨਹੀਂ ਸਮਝਣਾ ਕਿ ਇਹ ਖਤਰਨਾਕ ਘੱਟ ਹੁੰਦੀ ਆ, ਇਹ ਵੀ ਉਨੀ ਹੀ ਖਤਰਨਾਕ ਹੁੰਦੀ ਆ, ਉਸ ਤੋਂ ਵੀ ਅਸੀਂ ਉਵੇਂ ਹੀ ਬਚਾਅ ਕਰਨਾ। ਅਤੇ ਆਮ ਜਿਹੜੀਆਂ ਛੋਟੀਆਂ ਮੋਟੀਆਂ ਕਿਰਿਆਵਾਂ ਹੈਗੀਆਂ ਉਹ ਅਸੀਂ ਸਧਾਰਨ ਬੈਟਰੀ ਦੀ ਵਰਤੋਂ ਨਾਲ ਕਰ ਸਕਦੇ ਹਾਂ। ਇਹ ਤਾਂ ਬੱਚੇ ਉਹ ਹੋ ਗਿਆ ਕਿ ਕਿਸ ਤਰ੍ਹਾਂ ਨਾਲ ਤੁਸੀਂ ਬਿਜਲੀ ਪੈਦਾ ਕਿਵੇਂ ਹੁੰਦੀ ਆ, ਅਤੇ ਅਸੀਂ ਕਿਹੜੇ ਕਿਹੜੇ ਸਾਧਨਾਂ ਤੋਂ ਬਿਜਲੀ ਪੈਦਾ ਕਰਦੇ ਹਾਂ, ਠੀਕ ਹੈ, ਅਤੇ ਜਦੋਂ ਬਿਜਲੀ ਨਹੀਂ ਹੁੰਦੀ ਤਾਂ ਅਸੀਂ ਉਦੋਂ ਕੀ ਵਰਤਦੇ ਹਾਂ, ਟੋਰਚ ਵਰਤਦੇ ਹਾਂ, ਉਹ ਕਿਸ ਤਰ੍ਹਾਂ ਚੱਲਦੀ ਹੈ, ਬਿਜਲੀ ਸੈੱਲ ਨਾਲ ਚੱਲਦੀ ਹੈ, ਅਤੇ ਇਸੇ ਤਰ੍ਹਾਂ ਨਾਲ ਤੁਹਾਨੂੰ ਬਿਜਲੀ ਬਲਬ ਬਾਰੇ ਵੀ ਜਾਣਕਾਰੀ ਦਿੱਤੀ, ਅਤੇ ਕਿਸ ਤਰ੍ਹਾਂ ਅਸੀਂ ਬਿਜਲੀ ਦੀ ਸਵਿੱਚ ਬਣਾ ਸਕਦੇ ਹਾਂ। ਅਤੇ ਇਹ ਇਸ ਚੈਪਟਰ ਵਿੱਚ ਤੁਸੀਂ ਇਹਨਾਂ ਸਾਰੀਆਂ ਗੱਲਾਂ ਬਾਰੇ ਪੜ੍ਹਿਆ ਹੈ। ਅਤੇ ਇਸ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਇੱਕ ਹੋਰ ਗੱਲ, ਕਿ ਜਿਹੜੀ ਬਿਜਲੀ ਆ ਇਹ ਵੀ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਏਸੀ ਹੁੰਦੀ ਆ, ਇੱਕ ਡੀਸੀ ਹੁੰਦੀ ਆ। ਅਤੇ ਜਿਹੜੀ ਆਪਣੇ ਖੰਭਿਆਂ ਰਾਹੀਂ ਬਿਜਲੀ ਆਉਂਦੀ ਆ ਜਾਂ ਘਰਾਂ ਵਿੱਚ ਆਉਂਦੀ ਆ, ਇਹ ਏਸੀ ਹੁੰਦੀ ਆ, ਇਹ ਬੜੀ ਖਤਰਨਾਕ ਹੁੰਦੀ ਆ। ਅਤੇ ਇਹਦੇ ਨਾਲ ਜਦੋਂ ਸ਼ੌਕ ਲੱਗਦਾ ਹੈ ਤਾਂ ਬਹੁਤ ਜ਼ਿਆਦਾ ਲੱਗਦਾ ਹੈ, ਇਸ ਕਰਕੇ ਅਸੀਂ ਇਹ ਜਿਹੜੀ ਇਹ ਬਿਜਲੀ ਨਾਲ ਜਦੋਂ ਕੰਮ ਕਰਨਾ ਬਹੁਤ ਧਿਆਨ ਨਾਲ ਕਰਨਾ ਹੁੰਦਾ। ਅਤੇ ਜਿਹੜੀ ਡੀਸੀ ਕਰੰਟ ਹੈਗੀ ਆ, ਆਮ ਕਰਕੇ ਅਸੀਂ ਜੋ ਲੈਬ ਦੇ ਵਿੱਚ ਕੰਮ ਕਰਦੇ ਹਾਂ, ਜਾਂ ਹੁਣ ਜਿਵੇਂ ਮੈਂ ਤੁਹਾਨੂੰ ਸੈੱਲ ਨਾਲ ਦੱਸਿਆ ਸੀ, ਅਤੇ ਸੈੱਲ ਤੋਂ ਜਿਹੜੀ ਮਿਲਦੀ ਹੈ ਇਹ ਡੀਸੀ ਹੈ, ਅਤੇ ਇਹ ਜਿਹੜੀ ਹੈਗੀ ਆ ਇੰਨੀ ਖਤਰਨਾਕ ਨਹੀਂ ਹੁੰਦੀ,
ਅਤੇ ਇਸ ਕਰਕੇ ਜੋ ਅਸੀਂ ਆਮ ਘਰ ਵਰਤਦੇ ਹਾਂ ਜਾਂ ਕੰਮ ਕਰਦੇ ਹਾਂ ਜਾਂ ਲੈਬ ਦੇ ਵਿੱਚ